ਹਰ ਇੱਕ ਦੀ ਵੋਟ ਦੀ ਤਾਕਤ ਇੱਕੋ ਜਿੱਕੀ ਹੈ ਸੋ ਇਨਸਾਫ ਜੋ ਤੁਹਾਡਾ ਵੋਟ ਕਰਦੀ ਹੈ ਉਹਦੇ ਸਭ ਦਾ ਬਰਾਬਰ ਦਾ ਜੋ ਕਾਨੂੰਨ ਸੋ ਆਉਣ ਵਾਲੀ 4 ਤਰੀਕ ਨੂੰ ਜੋ ਤੁਸੀਂ ਵੋਟਾਂ ਪਾਉਣੀਆਂ ਉਹਦੇ 'ਚ ਫੈਸਲਾ ਤੁਹਾਡੀ ਵੋਟ ਦਾ ਜਿੱਥੇ ਤੁਹਾਡੇ ਆਪਦੇ ਨੁਮਾਇੰਦੇ ਦਾ ਹੁੰਦਾ ਉੱਥੇ ਇਹਨਾਂ ਨੁਮਾਇੰਦਿਆਂ ਦੁਆਰਾ ਚੁਣਿਆ ਹੋਇਆ ਪੰਜਾਬ ਦਾ ਨੁਮਾਇੰਦਾ ਹੁੰਦਾ ਸੋ ਸਿੱਧੇ ਤਰੀਕੇ ਨਾਲ ਇਹ ਜਿਹੜਾ ਚੋਣ ਦਾ ਤੁਸੀਂ ਫੈਸਲਾ ਕਰਦੇ ਹੋ ਇਹ ਆਉਣ ਵਾਲੇ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਤੁਹਾਡੇ ਆਪ ਦੀਆਂ ਸਕੀਮਾਂ ਦਾ ਫੈਸਲਾ ਕਰਦੇ ਇਸ ਫੈਸਲੇ ਵਾਸਤੇ ਪੰਜਾਬ 'ਚ ਹੁਣ ਤਾਂ 8-9 ਪਾਰਟੀਆਂ ਪਰ 3 ਪਾਰਟੀਆਂ ਜਿਹੜੀਆਂ ਮੁੱਖ ਇੱਥੇ ਚੋਣਾਂ ਲੜ ਰਹੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਨਾਲ ਆਮ ਆਦਮੀ ਪਾਰਟੀ ਹੁਣ ਜੋ ਫੈਸਲਾ ਤੁਹਾਡੀ ਵੋਟ ਦਾ ਕਰਨਾ ਹੈ ਉਹਦੇ 'ਚ ਤੁਸੀਂ ਵੇਖਣਾ ਕਿ ਪੰਜਾਬ ਦੀ ਅਗਵਾਈ ਕੌਣ ਕਰੇ ਇੱਕ ਪਾਸੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਹੈ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੀ ਸਾਰੀ ਲੜਾਈ ਤੁਹਾਡੇ ਹੱਕਾਂ ਦੀ ਖਾਤਰ ਤੁਹਾਡੀਆਂ ਮੰਗਾਂ ਦੀ ਖਾਤਰ ਲੜੀ ਇਸ ਦੌਰਾਨ ਉਹਨਾਂ ਨੂੰ ਬਹੁਤ ਵਾਰ ਆਪਦੀ ਜ਼ਿੰਦਗੀ ਜੇਲ੍ਹਾਂ ਜਾਣਾ ਪਿਆ ਤਕਲੀਫਾਂ ਕੱਟਣੀਆਂ